ਸਟਾਫ ਜਿਹੜਾ ਆਮ ਜਿਹੜਾ ਹੈਗਾ 11 ਤੋਂ ਲੈ ਕੇ 1 ਵਜੇ ਤੱਕ ਦਾ ਜਿਹੜਾ ਹਸਪਤਾਲ ਦੇ ਬੈਠਣ ਦਾ ਰੱਖ ਦਿੱਤਾ। ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ, ਕਿਸ ਤਰ੍ਹਾਂ ਲੋਕ ਮਿਲ ਰਹੇ? ਨਹੀਂ, ਬੜਾ ਪੋਜ਼ੀਟਿਵ ਜਿਹੜਾ ਹੈਗਾ ਮੈਸੇਜ ਪਬਲਿਕ ਦੇ ਵਿੱਚ ਹੈਗਾ, ਕਿਉਂਕਿ ਹੁਣ ਹਰ ਬੰਦੇ ਨੂੰ ਇਹ ਕਲੀਅਰ ਹੈਗਾ ਵੀ ਜਦੋਂ ਵੀ ਮੈਂ 11 ਵਜੇ ਤੋਂ ਲੈ ਕੇ 1 ਵਜੇ ਤੱਕ ਕਿਸੇ ਵੀ ਆਫਿਸ ਜਾਊਂਗਾ ਤਾਂ ਮੈਨੂੰ ਵੇਟ ਨਹੀਂ ਕਰਨੀ ਪਊਗੀ, ਉੱਥੇ ਮੈਨੂੰ ਆਫਿਸਰ ਮਿਲੂਗਾ। ਇਸ ਉਮੀਦ ਨਾਲ ਲੋਕ ਆ ਵੀ ਰਹੇ ਨੇ, ਬੜਾ ਵਧੀਆ ਹੁੰਗਾਰਾ ਵੀ ਮਿਲ ਰਿਹਾ। ਪਰ ਸਾਡੇ ਲਈ ਵੀ ਇਸ ਗੱਲ ਨੂੰ ਕਿਤੇ ਨਾ ਕਿਤੇ ਕਹੀਏ ਸੌਖਾ ਹੈ ਕਿ ਅਸੀਂ ਫਿਕਸ ਟਾਈਮ ਦੇ ਸਕਦੇ ਹਾਂ। ਕਈ ਵਾਰੀ ਕੀ ਹੁੰਦਾ, ਇਹੋ ਸਿਚੁਏਸ਼ਨ ਇਹੋ ਜਿਹੀ ਆ ਜਾਂਦੀ ਸੀ ਵੀ ਆਪਕੋ ਜੀ ਅਸੀਂ ਕੋਰਟ ਗਏ ਹੁੰਦੇ ਹਾਂ, ਕਦੀ ਕੋਈ ਐਕਸੀਡੈਂਟ ਵਾਲਾ ਮੈਟਰ ਇਹੋ ਜਿਹਾ ਹੁੰਦਾ ਮੌਕੇ 'ਤੇ ਗਏ ਹੁੰਦੇ ਹਾਂ, ਅਤੇ ਪਬਲਿਕ ਇਹ ਅਕਸਰ ਸ਼ਿਕਾਇਤ ਕਰਦੀ ਹੈ ਕਿ ਜਦੋਂ ਅਸੀਂ ਜਾਂਦੇ ਹਾਂ ਅਤੇ ਉਦੋਂ ਸਾਨੂੰ ਜਿਹੜਾ ਆਫਿਸਰ ਉੱਥੇ ਹਾਜ਼ਰ ਨਹੀਂ ਮਿਲਦਾ। ਔਰ ਹੁਣ ਇਹ ਬੜਾ ਕਲੀਅਰ ਹੈ ਕਿ 11 ਤੋਂ 1 ਅਸੀਂ ਹਰ ਹਾਲਤ ਦੇ ਵਿੱਚ ਇੱਥੇ ਮੌਜੂਦ ਹੋਵਾਂਗੇ, ਜੇ ਆਫਿਸਰ ਆਪ ਹੋਊਗਾ ਜਾਂ ਫਿਰ ਉਹਦਾ ਜੂਨੀਅਰ ਵੀ ਹੋਊਗਾ ਜੇ ਕੋਈ ਪ੍ਰੋਬਲਮ ਹੋਊਗੀ। ਅਤੇ ਅੱਜ ਅਸੀਂ ਇਸ ਚੀਜ਼ ਨੂੰ ਅਸੀਂ ਜਿਸ ਦਿਨ ਤੋਂ ਆਰਡਰ ਆਇਆ ਨੂੰ ਫੋਲੋ ਕਰ ਰਹੇ ਹਾਂ। ਔਰ ਮੇਰਾ ਤਾਂ ਵੈਸੇ ਵੀ ਇਹ ਹੈਗਾ ਕਿ ਘੰਟਾ ਪਹਿਲਾਂ ਆਓ, ਘੰਟਾ ਹੋਰ ਵੱਧ ਜਾਓ ਤਾਂ ਕਿ ਜਿਹੜਾ ਪਬਲਿਕ ਨੂੰ ਕੋਈ ਡਿਸਟਰਬੈਂਸ ਨਾ ਹੋਵੇ, ਕਿ ਬੰਦਾ ਚੱਲ ਕੇ ਆਉਂਦਾ ਉਹਨੂੰ ਵੈਸੇ ਹੀ ਨਾ ਮੁੜਨਾ ਪਵੇ, ਹਰੇਕ ਬੰਦਾ ਮਿਲ ਕੇ ਜਾਵੇ। ਔਰ ਪਬਲਿਕ ਨੂੰ ਵੀ ਇਹ ਕਲੀਅਰ ਹੈ ਕਿ 11 ਤੋਂ 1 ਦੇ ਵਿੱਚ ਅਸੀਂ ਮਿਲਣਾ ਹੀ ਮਿਲਣਾ ਹੈ। ਕਿਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਵੀ ਆ ਜਾਂਦੀ, ਕਿਤੇ ਜਾਣਾ ਵੀ ਪੈ ਜਾਂਦਾ, ਫਿਰ ਕਿਸ ਤਰ੍ਹਾਂ ਦਾ? ਤਾਂ ਫਿਰ ਅਸੀਂ ਆਪਦਾ ਜੂਨੀਅਰ ਉੱਥੇ ਅਪਾਇੰਟ ਕਰਕੇ ਜਾਵਾਂਗੇ। ਇਹਦਾ ਮਤਲਬ ਪਬਲਿਕ ਨੂੰ ਨਾ ਮੁੜਨਾ ਪਵੇ, ਪਬਲਿਕ ਦੀ ਸਹੂਲਤ ਦਾ ਹੀ ਧਿਆਨ ਰੱਖਿਆ ਗਿਆ ਕਿ ਬੰਦਾ ਇੱਕ ਆਉਂਦਾ ਪ੍ਰੋਬਲਮ ਦੇ ਵਿੱਚ ਆਉਂਦਾ, ਉਹਨੂੰ ਇਹ ਨਹੀਂ ਵੀ ਕਿ ਤੁਸੀਂ ਕੱਲ੍ਹ ਆਇਓ ਜਾਂ ਅਸੀਂ ਹੈ ਨਹੀਂ। ਜਦੋਂ ਅਸੀਂ ਆਪ ਡੀਲ ਕਰਾਂਗੇ, ਜੇ ਕੋਈ ਇਹੋ ਜਿਹੀ ਮੇਜਰ ਪ੍ਰੋਬਲਮ ਆ ਗਈ, ਜਾਣਾ ਪੈ ਗਿਆ, ਤਾਂ ਫਿਰ ਉੱਥੇ ਸਾਡਾ ਜੂਨੀਅਰ ਉਹਨੂੰ ਮਿਲੂ। ਪਿਛਲੇ ਦਿਨਾਂ ਦੇ ਵਿੱਚ ਇਲੈਕਸ਼ਨ ਕੰਪੇਨ ਚੱਲਦਾ ਪਿਆ ਸੀ, ਜਿਹਦੇ ਕਰਕੇ ਤਕਰੀਬਨ ਫੋਰਸ ਦੀਆਂ ਸਾਰੀ ਫੋਰਸ ਦੀਆਂ ਡਿਊਟੀਜ਼ ਬਾਹਰ ਹੁੰਦੀਆਂ ਸੀ ਫੀਲਡ ਦੇ ਵਿੱਚ, ਕਿਉਂਕਿ ਇਸ ਵਾਰ ਕੰਪੇਨ ਦਾ ਟਾਈਮ ਵੀ ਥੋੜ੍ਹਾ ਲੰਬਾ ਚੱਲ ਗਿਆ। ਅਤੇ ਪ੍ਰੋਬਲਮ ਅਕਸਰ ਹੀ ਫਿਰ ਸ਼ਿਕਾਇਤ ਕਰਦੀ ਸੀ ਪਬਲਿਕ ਕਿ ਅਸੀਂ ਕੰਮ ਜਾਂਦੇ ਹਾਂ, ਥਾਣੇ ਦੇ ਵਿੱਚ ਹਾਜ਼ਰ ਨਹੀਂ ਮਿਲਦੇ ਜਾਂ ਦਫ਼ਤਰਾਂ ਦੇ ਵਿੱਚ ਹਾਜ਼ਰ ਨਹੀਂ ਮਿਲਦੇ। ਜਦੋਂ ਅਸੀਂ ਆਲਰੇਡੀ ਉਸੀ ਜਿਸ ਹਿਸਾਬ ਨਾਲ ਕੈਂਡੀਡੇਟ ਨੇ ਆਉਣਾ ਹੁੰਦਾ ਸੀ ਉਸ ਹਿਸਾਬ ਨਾਲ ਡਿਊਟੀ ਲੱਗੀ ਹੁੰਦੀ ਸੀ, ਤਾਂ ਫਿਰ ਬਾਹਰ। ਉਸ ਤੋਂ ਬਾਅਦ ਫਿਰ ਇਲੈਕਸ਼ਨ ਆ ਗਿਆ, ਇਲੈਕਸ਼ਨ ਤੋਂ ਬਾਅਦ ਫਿਰ ਕਾਊਂਟਿੰਗ ਵਾਲਾ ਕੰਮ ਹੋ ਗਿਆ। ਕਾਊਂਟਿੰਗ ਵਾਲਾ ਦੇ ਨਾਲ ਹੀ ਜਿਹੜਾ ਸੀ ਆਪਣਾ ਘੱਲੂਘਰ ਜਿਹੜਾ ਦਿਵਸ ਆ ਗਿਆ ਸੀ, ਉਹਦੇ ਵਿੱਚ ਸਿਕਿਉਰਿਟੀ ਨੂੰ ਦੇਖਦੇ ਹੋਏ ਤਕਰੀਬਨ ਸਾਰੀ ਫੋਰਸ ਜ਼ਿਆਦਾਤਰ ਬਾਹਰ ਹੀ ਹੁੰਦੀ ਸੀ। ਇਹ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਸੀ, ਇਸੇ ਪ੍ਰੋਬਲਮ ਨੂੰ ਲੈ ਕੇ ਇਹ ਜਿਹੜਾ ਐਕਸ਼ਨ ਲਿਆ ਗਿਆ ਕਿ 11 ਤੋਂ 1 ਹਾਜ਼ਰ ਰਹਿਣਾ। ਛੋਟੀਆਂ ਛੋਟੀਆਂ ਡੋਮੈਸਟਿਕ ਪ੍ਰੋਬਲਮਸ ਹੁੰਦੀਆਂ ਨੇ, ਕਿਸੇ ਦਾ ਕੋਈ ਲੜਾਈ ਝਗੜਾ ਹੋ ਗਿਆ, ਜ਼ਿਆਦਾਤਰ ਤਾਂ ਇਹੀ ਹੈਗਾ ਕੋਈ ਲੜਾਈ ਝਗੜਾ ਹੋ ਗਿਆ, ਜਾਂ ਫਿਰ ਕਿਸੇ ਦਾ ਕੋਈ ਬੱਚਾ ਚਲਾ ਗਿਆ ਘਰੋਂ, ਜਾਂ ਫਿਰ ਕੋਈ ਛੋਟੀਆਂ ਜਿਵੇਂ ਕੋਈ ਬਜ਼ੁਰਗਾਂ ਨੂੰ ਦਿੱਕਤ ਆ ਗਈਆਂ, ਐਕਸੀਡੈਂਟ ਹੋ ਗਿਆ, ਇਸ 'ਚ ਇਹਨਾਂ ਚੀਜ਼ਾਂ ਨੂੰ ਲੈ ਕੇ, ਜਾਂ ਕਈਆਂ ਦੇ ਕੇਸ ਜਿਵੇਂ ਕੋਈ ਪੈਂਡਿੰਗ ਪਏ ਹੁੰਦੇ ਸੀ ਅਤੇ ਉਹਨਾਂ ਨੂੰ ਹੁੰਦਾ ਕਿ ਜਲਦੀ ਟੂ ਕੋਰਟ ਹੋ ਜਾਵੇ ਤਾਂ ਕਿ ਅਸੀਂ ਆਪਣਾ ਜਿਹੜਾ ਨਿਆਂ ਪ੍ਰਾਪਤ ਕਰ ਸਕੀਏ, ਇਹੋ ਜਿਹੀਆਂ ਪ੍ਰੋਬਲਮਸ ਹੁੰਦੀਆਂ। ਨਹੀਂ, ਰਿਜ਼ਲਟ ਬੜਾ ਵਧੀਆ, ਕਿਉਂਕਿ ਜਦੋਂ ਵੀ ਇੱਥੇ ਇਹਦੇ ਵਿੱਚ ਹੀ ਨਹੀਂ, ਪਬਲਿਕ ਡੀਲਿੰਗ 'ਚ ਨਹੀਂ, ਸਾਨੂੰ ਤਫਤੀਸ਼ 'ਚ ਬੜੀ ਹੈਲਪ ਹੁੰਦੀ ਹੈ ਇਹਦੀ। ਜਦੋਂ ਅਸੀਂ ਟਾਈਮ ਦੇਣਾ ਗਵਾਹ ਨੂੰ, ਈਵਨ ਕਿ ਬਹੁਤ ਵਾਰੀ ਆਪਾਂ ਗਵਾਹਾਂ ਨੂੰ ਮਿਲਣਾ ਹੁੰਦਾ ਅਤੇ ਉਹ ਆਪਾਂ ਟਾਈਮ ਦਿੰਦੇ ਹਾਂ, ਉਹ ਆਉਂਦਾ ਅਤੇ ਆਪਾਂ ਡਿਊਟੀ ਚਲੇ ਜਾਂਦੇ ਹਾਂ ਕਿਤੇ ਹੋਰ, ਅਤੇ ਉਹ ਫਿਰ 1-2 ਵਾਰ ਰਿਸਪੋਂਸ ਕਰਦੇ, ਰਿਸਪੋਂਸ ਨਹੀਂ ਦਿੰਦੇ। ਹੁਣ ਬੜਾ ਵਧੀਆ ਵੀ ਉਹਨੂੰ 11 ਵਜੇ ਤੱਕ ਤੁਸੀਂ ਟਾਈਮ ਦਿਓ, ਉਹ ਤੁਹਾਨੂੰ ਹਾਜ਼ਰ ਮਿਲਦਾ, ਤੁਸੀਂ ਉਹਨੂੰ ਹਾਜ਼ਰ ਮਿਲਦੇ, ਉਹ ਵੀ ਖੁਸ਼ ਅਤੇ ਤੁਸੀਂ ਵੀ ਖੁਸ਼। ਇੱਕ ਮਤਲਬ ਜਿਵੇਂ ਨੈਗੇਟਿਵ ਥੋਟ ਜਿਹਾ ਬਣਿਆ ਹੋਇਆ ਸੀ ਪਬਲਿਕ ਦੇ ਵਿੱਚ ਵੀ, ਜੇ ਮਿਲਦੇ ਨਹੀਂ ਉਹ ਚੀਜ਼, ਇਹ ਜਿਹੜੀ ਪ੍ਰੈਕਟਿਸ ਆ ਉਸ ਚੀਜ਼ ਨੂੰ ਕਲੀਅਰ ਕਰੂਗੀ।